ਚੁਣਾਵ ਕਰਾਓ, ਬੈਲਟ ਪੇਪਰ ਨਾਲ ਚੁਣਾਵ ਕਰਾਓ, ਨਿਆਏ ਕਰੋ, ਨਿਆਏ ਕਰੋ। ਮੈਂ ਰਿਸ਼ਪਾਲ ਸਿੰਘ ਗਿੱਲ, ਰਾਸ਼ਟਰੀ ਪ੍ਰਧਾਨ ਨੈਸ਼ਨਲ ਜਸਟਿਸ ਪਾਰਟੀ। ਦੇਖੋ, ਇਹ EVM ਮਸ਼ੀਨਾਂ ਜਿਹੜੀਆਂ ਹੈਗੀਆਂ ਨੇ, ਇਹ ਲੋਕਤੰਤਰ ਦੀਆਂ ਹਥਿਆਰਾਂ ਹੈਗੀਆਂ ਨੇ, ਔਰ ਇਹਨੂੰ ਆਪਾਂ EVM ਮਸ਼ੀਨ ਨਹੀਂ ਕਹਿੰਦੇ ਜਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਨਹੀਂ ਕਹਿ ਸਕਦੇ, ਇਹਨੂੰ ਮੋਦੀ ਦੀਆਂ ਮਸ਼ੀਨਾਂ ਜਾਂ ਭਾਜਪਾ ਦੀਆਂ ਮਸ਼ੀਨਾਂ ਆਪਾਂ ਕਹਿ ਸਕਦੇ ਹਾਂ। ਕਿਉਂਕਿ ਲੋਕਤੰਤਰ ਦੀ ਜਿਹੜੀ ਹੱਤਿਆ ਹੋ ਰਹੀ ਹੈ ਜਾਂ ਦੇਸ਼ ਜਿਹੜਾ ਡਿਕਟੇਟਰ ਵੱਲ ਛਿਪ ਵੱਲ ਜਾ ਰਿਹਾ, ਇਹ EVM ਦੇ ਥਰੂ ਹੀ ਜਾ ਰਿਹਾ। ਜਿੰਨੇ ਡਿਵੈਲਪ ਮੁਲਕ ਨੇ ਉਹਨਾਂ ਨੇ ਸਾਰਿਆਂ ਨੇ EVM ਵਗੈਰਾ ਬੰਦ ਕੀਤੀਆਂ ਹੋਈਆਂ ਨੇ, ਔਰ ਸਾਡਾ ਦੇਸ਼ ਹੀ ਜਿਹੜਾ ਅੰਡਰ ਡਿਵੈਲਪ ਹੈ, ਇੱਥੇ ਹੀ EVM ਮਸ਼ੀਨ ਦੇ ਨਾਲ ਕਿਉਂ ਹੁੰਦੀਆਂ ਹੈਗੀਆਂ ਨੇ ਇਲੈਕਸ਼ਨ ਜਿਹੜੇ ਹੋ ਰਹੇ ਨੇ। ਸੋ ਮੈਂ ਕਹਿੰਦਾ ਹੈਗਾ ਕਿ ਅਗਰ ਦੇਸ਼ ਨੂੰ ਤਾਨਾਸ਼ਾਹੀ ਵੱਲ ਵਧਣ ਤੋਂ ਰੋਕਣਾ ਹੈਗਾ, ਤਾਂ EVM ਮਸ਼ੀਨਾਂ ਜਿਹੜੀਆਂ ਹੈਗਾ, ਤੁਰੰਤ ਇਹਨਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ, ਔਰ ਇਲੈਕਸ਼ਨ ਜਿਹੜਾ ਇਹਦੇ ਥਰੂ ਹੋਣਾ ਚਾਹੀਦਾ, ਜਿਹੜਾ ਬੈਲਟ ਪੇਪਰ ਦੇ ਥਰੂ ਹੋਣਾ ਚਾਹੀਦਾ। ਅਦਰਵਾਈਜ਼ ਜਿਹੜਾ ਲੋਕਤੰਤਰ ਹੈਗਾ, ਇਹਦੀ ਹੱਤਿਆ ਹੋ ਰਹੀ ਹੈ, ਔਰ ਲੋਕਤੰਤਰ ਜਿਹੜਾ ਹਿੰਦੁਸਤਾਨ ਦਾ, ਉਹ ਖਤਰੇ 'ਚ ਰਹੇਗਾ। ਔਰ ਜਿਹੜੀ ਫੇਅਰ, ਜਿਹੜੀ ਪਬਲਿਕ ਮੈਂਡੇਟ ਹੈਗੀ ਹੈ, ਜਿਹੜੀ ਪਬਲਿਕ ਦੇ ਪੈਂਦੀ, ਕਿਉਂਕਿ ਇਹ ਹੈਕ ਹੁੰਦੀਆਂ ਨੇ, ਇਹਨਾਂ ਕੋਲ ਸਾਈਬਰ ਕ੍ਰਾਈਮ ਕੰਟਰੋਲ ਨਹੀਂ ਹੁੰਦਾ, ਔਰ ਸਾਰਾ ਕੰਮ ਸਿਸਟਮ ਜਿਹੜਾ EVM ਦੇ ਥਰੂ ਕਰਦੇ ਨੇ, ਅਤੇ ਭਾਜਪਾ ਜਿਹੜੀ 400 ਪਾਰ ਦੀ ਗੱਲ ਕਰਦੀ ਹੈ, ਇਹ EVM 100 ਪਾਰ ਅਸੀਂ ਕਰ ਜਾਂਗੇ, ਇਹ ਪਹਿਲਾਂ ਹੀ ਦੇ ਦਿੰਦੇ ਫਿਗਰਾਂ ਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਪਤਾ ਕਿ ਇੰਨੀਆਂ ਵੋਟਾਂ ਜਿਹੜੀਆਂ ਅਸੀਂ EVM ਦੇ ਥਰੂ ਹੈਕ ਕਰਨੀਆਂ ਹੈਗੀਆਂ ਨੇ, ਔਰ EVM ਦੇ ਥਰੂ ਲੈ ਕੇ ਜਾਣੀਆਂ ਹੈਗੀਆਂ ਨੇ। ਇਹ ਮੋਦੀ ਜਵਾਬ ਦੇਵੇ ਕਿਸ ਤਰੀਕੇ ਨਾਲ 400 ਪਾਰ ਕਹਿ ਰਿਹਾ, ਇਹ ਇੰਨੇ ਕੌਨਫੀਡੈਂਸ ਨਾਲ ਅਗਰ ਕਹਿ ਰਿਹਾ 400 ਪਾਰ, ਇਹਦਾ ਮਤਲਬ EVM ਦੇ ਕਰਕੇ ਕਹਿ ਰਿਹਾ ਹੈਗਾ। ਅਸੀਂ EVM ਮਸ਼ੀਨਾਂ ਨਾਲ ਜਿਹੜੀ ਗੜਬੜੀ ਹੋ ਕੇ ਜਿਹੜੀਆਂ ਚੁਣਾਵ ਜਿੱਤਿਆ ਜਾ ਰਿਹਾ ਸੀ, ਜਿੱਦਾਂ ਵੀ ਸੁਪਰੀਮ ਕੋਰਟ ਨੇ ਵੀ, ਅਸੀਂ ਉੱਥੇ ਮਾਨਯੋਗ ਸੁਪਰੀਮ ਕੋਰਟਾਂ ਦੇ ਵਿੱਚ ਸਾਡੀਆਂ ਇੰਟਰਨੈਟਾਂ ਚੱਲਦੀਆਂ ਪਈਆਂ ਨੇ, ਅਤੇ ਸੁਪਰੀਮ ਕੋਰਟ ਨੇ ਵੀ ਇਲੈਕਟ੍ਰੋਲ ਬੋਂਡ ਦੇ ਵਿੱਚ ਫੈਸਲਾ ਦੇ ਕੇ ਬਹੁਤ ਵਧੀਆ ਸ਼ਲਾਘਾਯੋਗ ਕਦਮ ਚੁੱਕੇ ਆ। ਅਸੀਂ ਨੈਸ਼ਨਲ ਜਸਟਿਸ ਪਾਰਟੀ ਵੱਲੋਂ ਅੱਜ ਇੱਥੇ ਖੜ੍ਹੇ ਹਾਂ, ਅਤੇ ਅਸੀਂ ਰਿਸ਼ਪਾਲ ਸਿੰਘ ਗਿੱਲ, ਗੁਰਜੀਤ ਸਿੰਘ ਕਾਹਲੋਂ, ਅਸੀਂ ਆਪਣੀ ਪੂਰੀ ਸਮੁੱਚੀ ਲੀਡਰਸ਼ਿਪ ਨਾਲ ਇੱਥੇ ਲੋਕਾਂ ਨੂੰ ਸੰਦੇਸ਼ ਦੇਣ ਵਾਸਤੇ ਪਹੁੰਚੇ ਹਾਂ ਕਿ EVM ਨਾਲ ਚੁਣਾਵ ਨਹੀਂ ਹੋਣੇ ਚਾਹੀਦੇ, ਬੈਲਟ ਪੇਪਰ ਨਾਲ ਚੁਣਾਵ ਹੋਣੇ ਚਾਹੀਦੇ ਨੇ। ਜੇਕਰ BJP ਇਹ ਚਾਹੁੰਦੀ ਹੈ, ਉਹ ਚਾਹੁੰਦੀ ਹੈ ਕਿ ਜੇ 400 ਸੀਟਾਂ ਲੈ ਬੈਲਟ ਪੇਪਰ ਨਾਲ ਚੁਣਾਵ ਕਰਾਉਣ, ਪਿਛਲੀਆਂ ਸਰਕਾਰਾਂ ਨੇ ਜੋ ਗੜਬੜੀਆਂ ਕੀਤੀਆਂ ਨੇ, EVM ਦੇ ਸਾਰੇ ਇਹਨਾਂ ਨੇ ਆਪਣੀਆਂ ਸਰਕਾਰਾਂ ਬਣਾਈਆਂ ਨੇ ਅਤੇ ਲੁੱਟ ਘਸੁੱਟ ਕੀਤੀ ਹੈ, ਇਹ ਬੈਲਟ ਪੇਪਰ ਨਾਲ ਚੁਣਾਵ ਹੋਣੇ ਚਾਹੀਦੇ ਆ। ਜਿੱਦਾਂ ਕੈਨੇਡਾ, ਅਮਰੀਕਾ ਵਰਗਿਆਂ ਨੇ EVM ਨੂੰ ਨਕਾਰਿਆ, ਅਸੀਂ ਚਾਹੁੰਦੇ ਹਾਂ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ, ਹਰ ਆਮ ਨਾਗਰਿਕ ਨੂੰ ਹੁਣ ਅੱਗੇ ਆਉਣਾ ਪਵੇਗਾ, ਤਾਂ ਹੀ ਲੋਕਤੰਤਰ ਬਚ ਸਕਦਾ। ਸਾਡੀ ਜਿਹੜਾ ਅੰਦੋਲਨ ਹੈ ਜੀ, ਪਿਛਲੇ 1 ਸਾਲ ਤੋਂ ਚੱਲ ਰਿਹਾ ਜੰਤਰ ਮੰਤਰ 'ਤੇ। ਸਾਡੇ ਭਾਨੂ ਪ੍ਰਤਾਪ ਸਿੰਘ ਜੀ ਸੁਪਰੀਮ ਕੋਰਟ ਦੇ ਵਕੀਲ ਨੇ, ਉਹਨਾਂ ਵੱਲੋਂ 1 ਸਾਲ ਤੋਂ ਲਗਾਤਾਰ ਇਹ ਅੰਦੋਲਨ ਚੱਲ ਰਿਹਾ, ਇਹ ਹੁਣ ਪੂਰੇ ਤਰੀ ਦਾ ਭੱਖ ਚੁੱਕਿਆ, ਪੂਰੇ ਇੰਡੀਆ ਲੈਵਲ 'ਤੇ। ਗੋਦੀ ਮੀਡੀਆ ਨਹੀਂ ਦਿਖਾ ਰਹੀ, ਪਰ ਉੱਥੇ ਦਿੱਲੀ ਵਿੱਚ, ਪੰਜਾਬ 'ਚ ਅਤੇ UP 'ਚ ਪੂਰਾ ਇਹ ਅੰਦੋਲਨ ਭਖਿਆ ਆ। ਅਸੀਂ EVM ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ। ਮੈਂ ਗੁਰਦੀਪ ਸਿੰਘ ਕਾਹਲੋਂ, ਪ੍ਰਧਾਨ ਨਿਹੱਤਾ ਪੰਜਾਬ, ਸਾਡੇ ਵੱਲੋਂ ਮਾਨਯੋਗ ਚੀਫ ਇਲੈਕਸ਼ਨ ਕਮਿਸ਼ਨ ਇੰਡੀਆ ਨੂੰ ਵੀ ਲੈਟਰਾਂ ਪਾ ਕੇ ਆਗਾਹ ਕੀਤਾ ਹੋਇਆ ਹੈ ਵੀ ਇਹ ਜਿਹੜੀ EVM ਆ, ਇਹ ਬਹੁਤ ਹੀ ਨੁਕਸਾਨ ਕਰ ਰਹੀ ਆ, ਕਿਉਂਕਿ ਅਮਰੀਕਾ ਵਰਗੇ ਜਿਹੜੇ ਮੁੱਖ ਦੇਸ਼ ਆ, ਉਹਨਾਂ ਨੇ EVM ਬੰਦ ਕੀਤੀ ਹੋਈ ਆ, ਪਰ ਸਾਡੇ ਮੁਲਕ ਵਿੱਚ EVM ਤੋਂ ਬਿਨਾਂ ਕੋਈ ਵੋਟ ਨਹੀਂ ਪਾ ਸਕਦੇ। ਅਸੀਂ ਇਹ EVM ਨੂੰ ਬੰਦ ਕਰਕੇ ਬੈਲਟ ਪੇਪਰ 'ਤੇ ਵੋਟਾਂ ਪਵਾਈਆਂ ਜਾਣ।